ਆਵਾਜ਼ ਕਾਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਖੇਤੀ ਸੁਧਾਰ ਬਿੱਲਾਂ ਦੇ ਖਿਲਾਫ ਜੋ ਪਿਛਲੇ ਦਿਨਾਂ ਤੋਂ ਕਿਸਾਨਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਅੱਗੇ ਵਧਾਉਂਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ। 24 ਤੋਂ 26 ਸਤੰਬਰ ਤੱਕ ਸੂਬੇ ਭਰ ਵਿੱਚ 48 ਘੰਟੇ ਲਈ ਰੇਲਾਂ ਰੋਕੀਆਂ ਜਾਣਗੀਆਂ। 25 ਸਤੰਬਰ ਨੂੰ ਤਾਲਮੇਲ ਕਮੇਟੀ ਦੇ ਪੰਜਾਬ ਦੇ ਸੱਦੇ ਦੀ ਹਮਾਇਤ ਦਾ ਕਿਸਾਨਾਂ ਨੇ ਫੈਸਲਾ ਲਿਆ ਹੈ ਅਤੇ 20 ਸਤੰਬਰ ਨੂੰ ਪਿੰਡ ਬਾਦਲ ਅਤੇ ਪਟਿਆਲਾ ਵਿਖੇ ਕਿਸਾਨਾਂ ਦੁਆਰਾ ਧਰਨੇ ਦਿੱਤੇ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ, ਆਓ ਦੇਖਦੇ ਹਾਂ। ਮੈਂ ਸਤਨਾਮ ਸਿੰਘ ਪੰਨੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਮੇਰੇ ਨਾਲ ਸਾਡੇ ਸਾਰੇ ਕੋਰ ਕਮੇਟੀ ਦੇ ਮੈਂਬਰ ਜਿਹੜੇ ਸਾਰੇ ਉਹ ਬੈਠੇ ਹੋਏ ਆ। ਅੱਜ ਜਿਸ ਤਰ੍ਹਾਂ ਅਸੀਂ ਕੱਲ੍ਹ ਐਲਾਨ ਕੀਤਾ ਸੀਗਾ, ਤਿੰਨ ਜਿਹੜੇ ਦਰਿਆਵੀ ਪੁਲਾਂ ਹੋਏ ਉਹ ਧਰਨੇ ਚੁੱਕੇ ਆ, ਵੀ ਜਿਹੜੇ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਕੀਤੇ ਗਏ ਤਿੰਨੇ ਖੇਤੀ ਦੇ ਅਤੇ ਨਾਲ ਬਿਜਲੀ ਸੋਧ ਬਿੱਲ 2020 ਉਹਨਾਂ ਨੂੰ ਪਾਸ ਕਰਵਾਇਆ ਜਾ ਰਿਹਾ। ਲੋਕਾਂ ਦਾ ਗੁੱਸਾ ਪੂਰੇ ਪੰਜਾਬ 'ਚ, ਦੇਸ਼ ਭਰ 'ਚ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਵਾ ਉਹ ਬਹੁਤ ਵਧਿਆ ਹੋਇਆ, ਪਰ ਉਹਨੂੰ ਦਰਕਨਾਰ ਕਰਕੇ ਫਿਰ ਵੀ ਉਹ ਮੋਦੀ ਸਰਕਾਰ ਜਿਹੜੀ ਧੱਕੇ ਨਾਲ ਕਰਾ ਰਹੀ ਆ। ਅੱਜ ਮੀਟਿੰਗ ਦੇ ਵਿੱਚ ਉਹਦੀ ਨਿਖੇਧੀ ਕੀਤੀ ਗਈ ਆ ਅਤੇ ਨਾਲ ਅਸੀਂ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ 48 ਘੰਟੇ ਪੰਜਾਬ ਜਿਹੜਾ ਰੇਲ ਰੋਕੋ ਅੰਦੋਲਨ ਕਰਾਂਗੇ। ਅਤੇ ਇਸ ਤੋਂ ਇਲਾਵਾ ਜਿਹੜਾ 250 ਸੰਗਠਨਾਂ ਨੇ, ਤਾਲਮੇਲ ਸੰਗਠਨ ਨੇ ਜਿਹੜਾ ਆਪਣਾ ਕੀਤਾ ਵਾ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਵਾ, ਉਹਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ, ਪੂਰਾ ਉਹਦਾ ਸਮਰਥਨ ਕਰਦੇ ਹਾਂ। ਅਤੇ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ, ਦਸਤਕਾਰਾਂ ਨੂੰ ਪੰਜਾਬ ਬੰਦ ਕਰਨ ਦੇ ਵਿੱਚ ਜਿਹੜਾ ਪੂਰਾ ਯੋਗਦਾਨ ਪਾਉਣ ਲਈ ਕਹਿੰਦੇ ਹਾਂ ਵੀ ਇਹ ਸੰਘਰਸ਼ਾਂ ਦਾ, ਇਹ ਰਿਪ ਸੰਘਰਸ਼ਾਂ ਦੇ ਪੇੜ ਵਿੱਚ ਆਉਣ ਦਾ ਉਹਨਾਂ ਸਾਰੇ ਪੰਜਾਬ ਦੇ ਸਾਰੇ ਵਰਗਾਂ ਨੂੰ ਇਹ ਸੱਦਾ ਦਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਜਿਹੜੇ ਧਰਨੇ ਲੱਗੇ ਹੋਏ ਡੀਸੀ ਦਫ਼ਤਰਾਂ ਦੇ, ਜੇਲ੍ਹ ਪਰੋਂ ਅੰਦੋਲਨ ਦੇ 7 ਸਤੰਬਰ ਤੋਂ ਲਗਾਤਾਰ ਚਾਲੂ ਆ, ਅੱਜ ਉਹਨਾਂ ਨੂੰ 11ਵਾਂ ਦਿਨ ਹੋ ਗਿਆ, ਉਹ 1 ਅਕਤੂਬਰ ਤੱਕ ਲਗਾਤਾਰ ਜਾਰੀ ਰਹਿਣਗੇ। 1 ਅਕਤੂਬਰ ਤੱਕ ਉਹ ਧਰਨੇ ਉਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੇ। ਅਤੇ ਜਿਹੜੇ ਧਰਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਪਟਿਆਲੇ ਦੇ ਵਿੱਚ ਪੁੱਡਾ ਗਰਾਊਂਡ 'ਚ ਅਤੇ ਬਾਦਲ ਦੇ ਪਿੰਡ ਉਹਨਾਂ ਦੀ ਰੈਸ਼ ਦੇ ਗਾੜੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੀ ਰੈਸ਼ ਅੱਗੇ ਲਾਇਆ ਹੋਇਆ ਵਾ, ਉਹਦਾ ਵੀ ਅਸੀਂ ਪੂਰਾ ਸਮਰਥਨ ਕਰਦੇ ਹਾਂ। ਅਤੇ 20 ਸਤੰਬਰ ਨੂੰ ਅਸੀਂ ਜਿਹੜੇ ਜਥੇ ਆਪਣੇ ਆ ਉਹਨਾਂ ਦੋਵਾਂ ਥਾਵਾਂ 'ਤੇ, ਪਟਿਆਲੇ ਵੀ ਅਤੇ ਬਾਦਲ ਪਿੰਡ ਵੀ ਭੇਜਾਂਗੇ, ਉਹਨਾਂ ਦਾ ਪੂਰਾ ਜਿਹੜਾ ਵਾ ਜਿਹੜਾ ਸਮਰਥਨ ਕੀਤਾ ਕਰਨ ਵਾਸਤੇ, ਤਾਂ ਕਿ ਜਿਹੜੀ ਆ ਹੋਰ ਇਹ ਲਹਿਰ ਜਿਹੜੀ ਪ੍ਰਚੰਡ ਹੋ ਸਕੇ ਇਹਨਾਂ ਆਰਡੀਨੈਂਸਾਂ ਦੇ ਵਿਰੁੱਧ, ਅਤੇ ਮੋਦੀ ਸਰਕਾਰ ਦੇ ਜਿਹੜਾ ਦਬਾਅ ਜਿਹੜਾ ਵਾ ਉਹ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਜਿਹੜੇ ਹਰਿਆਣੇ ਦੀਆਂ ਜਿਹੜੀਆਂ ਜਥੇਬੰਦੀਆਂ ਵਾ, ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ, ਉਹ 20 ਸਤੰਬਰ ਨੂੰ ਹਰਿਆਣੇ ਦੇ ਵਿੱਚ ਜਿਹੜਾ ਵਾ ਉਹ ਰੇਲਾਂ ਦਾ ਚੱਕਾ ਜਾਂ ਆਪਣਾ ਸੜਕਾਂ ਦਾ ਚੱਕਾ ਜਾਮ ਕਰ ਰਹੀਆਂ, ਉਹਦਾ ਵੀ ਅਸੀਂ ਪੂਰਾ ਸਮਰਥਨ ਕਰਦੇ ਹਾਂ। ਅਤੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ 20 ਸਤੰਬਰ ਨੂੰ ਇਕੱਠ ਕਰਕੇ ਪੁਤਲੇ ਫੂਕ ਰੋਸ ਮੁਜ਼ਾਰੇ ਸਾਡੇ ਵੱਲੋਂ ਕੀਤੇ ਜਾਣਗੇ। ਇਹ ਨਾਲ ਹੀ ਸਾਡਾ ਇਹ ਆ ਕਿ ਪੰਜਾਬ ਦੇ ਜਿਹੜੇ ਕਿਸਾਨ ਅਤੇ ਮਜ਼ਦੂਰ ਆ ਉਹ ਅਜੇ ਵੀ ਜਿਹੜੇ ਘਰਾਂ 'ਚ ਬੈਠੇ ਹੋਏ ਆ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ। ਸਾਰੇ ਵਰਗਾਂ ਦੀ ਲੜਾਈ ਆ, ਇਹ ਇਕੱਲਾ ਕੋਈ ਪੰਜਾਬ ਦੇ ਕਿਸਾਨਾਂ 'ਤੇ ਹਮਲਾ ਨਹੀਂ, ਗਾੜੇ ਆਰਡੀਨੈਂਸ ਆ, ਇਹ ਪੰਜਾਬ ਦੇ ਸਾਰੇ ਵਰਗਾਂ, ਦੁਕਾਨਦਾਰ, ਦਸਤਕਾਰ ਸਾਰਿਆਂ ਉੱਤੇ ਹਮਲਾ ਵਾ ਅਤੇ ਪੰਜਾਬ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਜਿਹੜਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਜਿਹੜਾ ਵਾ ਉਹ ਨੀਤ ਆ, ਸਰਕਾਰ ਦੀ ਨੀਤੀ ਆ, ਕੇਂਦਰ ਸਰਕਾਰ ਦੀ। ਅਤੇ ਇਹ ਇੰਨਾ ਹੀ ਨਹੀਂ ਗਾ, ਇਹ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਆ ਉਹਦੇ ਸੰਘੀ ਢਾਂਚੇ 'ਤੇ ਹਮਲਾ, ਜਿਹੜੇ ਕੋਈ ਅਧਿਕਾਰ ਰਾਜਾਂ ਨੂੰ ਦਿੱਤੇ ਗਏ ਆ ਉਹ ਵੀ ਮੋਦੀ ਸਰਕਾਰ ਨਿੱਜੀਕਰਨ ਦੇ ਰਾਹੀਂ ਹੋਏ ਜਾ ਰਿਹਾ। ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ, ਵਿਸ਼ਵ ਬੈਂਕ ਦੇ ਦਬਾਅ ਹੇਠ, ਸਾਮਰਾਜੀ ਨੀਤੀਆਂ ਦੇ ਜਿਹੜੇ ਤਹਿਤ ਮੋਦੀ ਸਰਕਾਰ ਚੱਲ ਰਹੀ ਆ ਅਤੇ ਏਜੰਟ ਬਣ ਕੇ ਉਹਨਾਂ ਦਾ ਕੰਮ ਕਰ ਰਹੀ ਆ, ਉਹਦੇ ਤਹਿਤ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਹੋਰ ਬੜੇ ਤਰ੍ਹਾਂ ਦੇ ਕਾਇਦੇ ਕਾਨੂੰਨ ਜਿਹੜੇ ਪਾਸ ਕੀਤੇ ਜਾ ਰਹੇ, ਕਿਰਤ ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਵਾ, 2013 ਜਿਹੜਾ ਭੂਮੀ ਗ੍ਰਹਿਣ ਐਕਟ ਆ ਉਹਦੇ ਵਿੱਚ ਵੀ ਸੋਧ ਕੀਤ ਕਰਕੇ ਕਿਸਾਨਾਂ ਦਾ ਜਿਹੜਾ ਸਹਿਮਤੀ ਲੈਣਾ ਵਾ 80% ਲੋਕਾਂ ਦੀ, ਉਹ ਮਦ ਕੱਢੀ ਜਾ ਰਹੀ ਆ। ਸਖਾਲੀਆਂ ਜ਼ਮੀਨਾਂ ਜਿਹੜੀਆਂ ਸਖਾਲੇ ਤਰੀਕੇ ਨਾਲ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤੀਆਂ ਜਾਣ, ਰੇਲਾਂ ਜਿਹੜੀਆਂ ਵਾ ਉਹ ਵੀ ਪ੍ਰਾਈਵੇਟ ਕੰਪਨੀਆਂ ਦਾ ਹਵਾਲੇ ਕਰਤੀਆਂ ਗਈਆਂ ਵਾ, ਇਸੇ ਤਰ੍ਹਾਂ ਜਿਹੜੇ ਆ ਕੋਲੇ ਦੀਆਂ ਖਾਣਾਂ ਉਹ ਵੀ ਕਰਤੀਆਂ ਗਈਆਂ ਵਾ। ਕੋਵਿਡ-19 ਦੀ ਆੜ ਦੇ ਵਿੱਚ ਸਾਰਾ ਦੇਸ਼ ਜਿਹੜਾ ਵਾ ਉਹ ਸੇਲ 'ਤੇ ਲਾ ਦਿੱਤਾ ਮੋਦੀ ਸਰਕਾਰ ਨੇ, ਇਹਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ। ਅਤੇ ਜੋ ਜਿਸ ਤਰ੍ਹਾਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਜਿਹੜਾ ਯੂਨੀਅਨ ਟੈਰੀਟਰੀ ਬਣਾਇਆ ਵਾ, ਇਸੇ ਤਰ੍ਹਾਂ ਬਾਕੀ ਥਾਵਾਂ 'ਤੇ ਪੂਰੇ ਪੰਜਾਬ ਦੇ ਜਿਹੜੇ ਰਾਜ ਉਹਨਾਂ ਨੂੰ ਇਹ ਯੂਨੀਅਨ ਟੈਰੀਟਰੀ ਜਿਹੜਾ ਵਾ ਬਣਾਉਣ ਜਾ ਰਹੇ, ਨਗਰ ਕੌਂਸਲਾਂ ਬਣਾਉਣ ਜਾ ਰਹੇ ਆ, ਸਾਰੇ ਅਧਿਕਾਰ ਕੋਲ ਕੇਂਦਰੀਕਰਨ, ਉਹਦਾ ਅਸੀਂ ਭਾਰੀ ਵਿਰੋਧ ਕਰਦੇ ਹਾਂ। ਅਤੇ ਇਸ ਅੰਦੋਲਨ ਨੂੰ ਹੋਰ ਤਿੱਖੇ ਦਾ ਤਿੱਖਾ ਅਸੀਂ ਜਿਹੜਾ ਵਾ ਜੇ ਮੋਦੀ ਸਰਕਾਰ ਆਰਡੀਨੈਂਸ ਜਿਹੜੇ ਰੱਦ ਨਹੀਂ ਕਰਦੀ ਸੰਸਦ ਦੇ ਵਿੱਚ, ਅਤੇ ਅਸੀਂ ਇਸ ਦਾ ਜਿਹੜਾ ਤਿੱਖੇ ਤਿੱਖਾ ਵਿਰੋਧ ਜਿਹੜਾ ਵਾ ਲਗਾਤਾਰ ਪੜਾਅ ਦਰ ਪੜਾਅ ਆਪਣਾ ਸੰਘਰਸ਼ ਤੇਜ਼ ਕਰਦੇ ਜਾਵਾਂਗੇ।